सीडीएस नो रेगुलर करो। मान नहीं सम्मान चाहिए। सुप्रीम कोर्ट का फैसला लागू करो। ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈਗਾ ਉਲੀਕਿਆ ਹੋਇਆ, ਅਸੀਂ 7 ਜ਼ਿਲ੍ਹਿਆਂ ਦਾ ਪ੍ਰੋਗਰਾਮ ਕਰ ਰਹੇ ਹਾਂ ਬਠਿੰਡਾ ਜ਼ਿਲ੍ਹੇ ਦੇ ਵਿੱਚ, ਅਤੇ ਇਹਦੇ ਵਿੱਚ ਅਸੀਂ ਜਵਾਬ ਮੰਗ ਰਹੇ ਹਾਂ ਸਰਕਾਰ ਤੋਂ ਕਿ ਜੋ ਸਾਡੇ ਨਾਲ ਵਾਅਦੇ ਕੀਤੇ ਸੀਗੇ ਉਹਨਾਂ ਵਾਅਦਿਆਂ ਦਾ ਕੀ ਬਣਿਆ, ਕਿਉਂਕਿ ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਸੀ ਤਾਂ ਉਦੋਂ ਇਹਨਾਂ ਨੇ ਵਾਅਦੇ ਕੀਤੇ ਸੀ ਕਿ ਤੁਹਾਡੀ ਜਿਹੜੀ ਡਬਲ ਤਨਖਾਹ ਕੀਤੀ ਜਾਏਗੀ, ਤੁਹਾਡੀਆਂ ਮੰਗਾਂ 'ਤੇ ਵਿਚਾਰ ਕੀਤਾ ਜਾਏਗਾ ਅਤੇ ਪਹਿਲ ਦੇ ਆਧਾਰ 'ਤੇ ਜਿਹੜੇ ਆਂਗਨਵਾੜੀ ਦੇ ਮਸਲੇ ਜਿਹੜੇ ਹੱਲ ਕੀਤੇ ਜਾਣਗੇ। ਪਰ 1 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ, ਸਰਕਾਰ ਨੇ ਹਜੇ ਤੱਕ ਸਾਡੇ ਨਾਲ ਇੱਕ ਬੈਠ ਕੇ ਮੀਟਿੰਗ ਤੱਕ ਨਹੀਂ ਕੀਤੀ। ਮਸਲੇ ਤਾਂ ਹੱਲ ਕਰਨ ਦੀ ਬਹੁਤ ਦੂਰ ਦੀ ਗੱਲ ਹੈ, ਕਿਉਂਕਿ ਇੱਕ ਮੀਟਿੰਗ ਵੀ ਨਹੀਂ ਮਿਲੀ। ਵਾਰ ਵਾਰ ਮੁੱਖ ਮੰਤਰੀ ਸਾਹਿਬ ਸਾਨੂੰ ਮੀਟਿੰਗ ਦਾ ਟਾਈਮ ਦੇ ਕੇ ਮੀਟਿੰਗ ਦਾ ਟਾਈਮ ਵਾਰ ਵਾਰ ਚੇਂਜ ਕੀਤਾ ਹੈ। ਮੈਡਮ ਬਲਜੀਤ ਕੌਰ ਜੀ ਨਾਲ ਬੜੀ ਵਾਰ ਮੇਰੀਆਂ ਖੁਦ ਦੀਆਂ ਮੀਟਿੰਗਾਂ ਵੀ 2-3 ਮੀਟਿੰਗਾਂ ਹੋ ਚੁੱਕੀਆਂ, ਮੈਂ ਪਰਸਨਲੀ ਤੌਰ 'ਤੇ ਮਿਲ ਚੁੱਕੀ ਹਾਂ। ਵਾਰ ਵਾਰ ਮੀਟਿੰਗ ਦਾ ਟਾਈਮ ਦਿੰਦੇ ਆ ਕਿ ਤੁਹਾਡੀ ਗੱਲਬਾਤ ਕਰਦੇ ਆ, ਤੁਹਾਡੀਆਂ ਮੰਗਾਂ 'ਤੇ ਵਿਚਾਰ ਕਰਦੇ ਆ, ਪਰ ਹਜੇ ਤੱਕ ਸਾਡੀ ਕੋਈ ਕਿਸੇ ਵੀ ਸਰਕਾਰ ਨੇ ਸੁਣਵਾਈ ਨਹੀਂ ਕੀਤੀ। ਸਾਨੂੰ ਬੜੀ ਉਮੀਦ ਸੀ ਇਸ ਸਰਕਾਰ ਤੋਂ ਕਿ ਨਵੀਂ ਸਰਕਾਰ ਹੈ ਤਾਂ ਕੁਛ ਸਾਡੇ ਵਾਸਤੇ ਨਵਾਂ ਹੋਏਗਾ। ਸਾਡੀਆਂ ਮੰਗਾਂ ਸੀ, ਸਾਡੀ ਸਭ ਤੋਂ ਪਹਿਲੀ ਮੰਗ ਇਹੀ ਸੀ ਕਿ ਸਾਨੂੰ ਜਿਹੜੇ ਆਂਗਨਵਾੜੀ ਦੇ ਵਿੱਚ ਬਹੁਤ ਸਾਲ ਹੋ ਗਏ ਨੇ ਅਤੇ ਸਾਨੂੰ ICDS ਨੂੰ ਵਿਭਾਗ ਦੇ ਵਿੱਚ ਤਬਦੀਲ ਕਰਕੇ ਸਾਨੂੰ ਰੈਗੂਲਰ ਕੀਤਾ ਜਾਵੇ, ਪਰ ਕਿਸੇ ਵੀ ਸਰਕਾਰ ਨੇ ਹਜੇ ਤੱਕ ਸਾਡੀ ਸੁਣਵਾਈ ਨਹੀਂ ਕੀਤੀ। ਤਾਂ ਜਿਹੜੀ ਸਾਨੂੰ ਪਹਿਲਾਂ ਤਨਖਾਹ ਮਿਲਦੀ ਸੀ, ਪਿਛਲੀਆਂ ਸਰਕਾਰਾਂ ਵੇਲੇ ਸਾਨੂੰ ਮਹੀਨੇ ਦੇ ਮਹੀਨੇ ਤਨਖਾਹ ਤਾਂ ਮਿਲ ਜਾਂਦੀ ਸੀ, ਪਰ ਤਕਰੀਬਨ ਹੁਣ ਬਠਿੰਡੇ ਜ਼ਿਲ੍ਹੇ ਦੇ ਵਿੱਚ ਤਾਂ 1 ਸਾਲ ਤੋਂ ਤਨਖਾਹ ਵੀ ਨਹੀਂ ਮਿਲੀ। ਜੇ ਮਿਲਦੀ ਹੈ ਤਾਂ ਸਾਨੂੰ ਅੱਧੀ ਅੱਧੀ ਤਨਖਾਹ ਮਿਲਦੀ ਹੈ, ਵੀ ਸਰਕਾਰ ਸਾਡੀਆਂ ਉਮੀਦਾਂ 'ਤੇ ਖਰੀ ਨਹੀਂ ਉਤਰੀ। ਇਸੇ ਕਰਕੇ ਸਾਡੇ ਵਿੱਚ ਰੋਸ ਪ੍ਰਦਰਸ਼ਨ ਹੈ। ਕੱਲ੍ਹ ਜਿਹੜਾ ਕੇਂਦਰ ਦਾ ਬਜਟ ਪੇਸ਼ ਹੋਇਆ, ਉਹਦੇ ਵਿੱਚ ਵੀ ਬਜਟ ਦੇ ਵਿੱਚ ਕੁਛ ਨਹੀਂ ਰੱਖਿਆ ਗਿਆ। ਕਿੰਨੇ ਸਾਲਾਂ ਤੋਂ ਸਾਡੇ ਮਾਣ ਭੱਤੇ ਦੇ ਵਿੱਚ 1 ਰੁਪਏ ਦਾ ਵੀ ਵਾਧਾ ਨਹੀਂ ਕੀਤਾ ਗਿਆ, ਤਾਂ ਸਾਡੇ ਵਿੱਚ ਬਹੁਤ ਰੋਸ ਹੈ। ਇਸੇ ਕਰਕੇ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਜ਼ਿਲ੍ਹੇ ਵਾਈਜ਼ ਰੈਲੀਆਂ ਕਰ ਰਹੇ ਹਾਂ ਅਤੇ ਆਉਣ ਵਾਲਾ ਜਿਹੜਾ ਸੰਘਰਸ਼ ਅਸੀਂ ਇਸ ਤੋਂ ਹੋਰ ਤੇਜ਼ ਕਰਾਂਗੇ, ਕਿਉਂਕਿ ਨਾ ਤਾਂ ਸਾਡੇ ਕੋਲ ਪ੍ਰੀ ਪ੍ਰਾਇਮਰੀ ਕਲਾਸਾਂ ਚੱਲ ਰਹੀਆਂ, ਨਾ ਹੀ 3 ਤੋਂ 6 ਸਾਲ ਦੇ ਸਾਡੇ ਬੱਚੇ ਵਾਪਸ ਕੀਤੇ ਗਏ ਹੈ, ਨਾ ਕੋਈ ਪੈਨਸ਼ਨ, ਨਾ ਕੋਈ ਗ੍ਰੈਜੂਟੀ ਅਤੇ ਨਾ ਕੋਈ ਮਾਣ ਭੱਤੇ ਦੇ ਵਿੱਚ ਵਾਧਾ। ਇਹ ਸਰਕਾਰਾਂ ਪੂਰੀ ਤਰ੍ਹਾਂ ਫੇਲ ਹੋ ਚੁੱਕੀਆਂ ਅਤੇ ਅਸੀਂ ਕਹਿਣਾ ਚਾਹੁੰਦੇ ਹਾਂ, ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਜਲਦ ਤੋਂ ਜਲਦ ਸਾਡੀਆਂ ਮੰਗਾਂ ਵੱਲ ਧਿਆਨ ਦੇਵੇ, ਨਹੀਂ ਤਾਂ ਅਸੀਂ ਇਸ ਤੋਂ ਵੀ ਵੱਧ ਜਿਹੜਾ ਸੰਘਰਸ਼ ਆਪਣਾ ਹੋਰ ਤੇਜ਼ ਕਰਾਂਗੇ। ਜੇਕਰ ਸਰਕਾਰ ਸਾਡੀ ਕੋਈ ਵੀ ਗੱਲ ਨਹੀਂ ਸੁਣੂਗੀ ਜੀ, ਤਾਂ ਹੁਣ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਸੀਂ ਸਰਕਾਰ ਨੂੰ ਘਰ ਘਰ ਜਾ ਕੇ ਲੋਕਾਂ ਨੂੰ ਮੋਟੀਵੇਟ ਕਰਾਂਗੇ ਕਿ ਉਹ ਸਰਕਾਰਾਂ ਨੇ ਜਿਹੜੀਆਂ ਲੋਕਾਂ ਨਾਲ ਵਾਅਦੇ ਕਰਦੀਆਂ ਨੇ ਪਰ ਉਹਨਾਂ 'ਤੇ ਪੂਰੇ ਨਹੀਂ ਉਤਰਦੇ, ਅਸੀਂ ਲੋਕਾਂ ਨੇ ਨਾ ਸਾਥ ਨਹੀਂ ਦੇਣ ਦੇਵਾਂਗੇ। ਅੱਜ ਕਿੰਨੇ ਜ਼ਿਲ੍ਹੇ ਦਾ ਕੱਟ ਕੀਤਾ ਗਿਆ? ਅੱਜ ਇੱਥੇ ਅਸੀਂ 7 ਜ਼ਿਲ੍ਹਿਆਂ ਦਾ ਕੱਟ ਕੀਤਾ। ਸਾਡੀ ਸੈਂਟਰ ਦੀ ਕਾਲ ਸੀ ਜਿਹੜੀ ਕਿ ਲਗਾਤਾਰ 3 ਦਿਨ ਹੋ ਗਏ ਸਾਨੂੰ ਲੱਗਿਆ ਨੂੰ, ਪਹਿਲਾਂ ਫਗਵਾੜੇ ਦੇ ਵਿੱਚ ਹੋਇਆ, ਕੱਲ੍ਹ ਪਟਿਆਲੇ ਦੇ ਵਿੱਚ ਸੀ ਅਤੇ ਅੱਜ ਬਠਿੰਡੇ ਦੇ ਵਿੱਚ 7 ਜ਼ਿਲ੍ਹਿਆਂ ਦਾ ਇਕੱਠ ਰੱਖਿਆ ਹੋਇਆ। ਹਾਂਜੀ, ਜੇ ਸਰਕਾਰ ਸਾਡੀ ਮੰਗਾਂ ਨਹੀਂ ਪੂਰੀ ਕਰੂਗੀ ਤਾਂ ਸਾਨੂੰ ਹੋਰ ਵੀ ਰੋਸ ਪ੍ਰਦਰਸ਼ਨ ਕਰਨੇ ਪੈਣਗੇ, ਇੱਥੋਂ ਤੱਕ ਕਿ ਸਾਨੂੰ ਸੜਕਾਂ 'ਤੇ ਉਤਰਨਾ ਪਊਗਾ। ਇਹ ਸਰਕਾਰ ਇੰਨੀ ਨਿਕੰਮੀ ਹੈ ਕਿ ਵੀ 11 ਮਹੀਨੇ ਹੋ ਗਏ ਬਠਿੰਡਾ ਦਾ ਮਾਣ ਭੱਤਾ ਨਹੀਂ ਪਾਇਆ। ਜਦੋਂ ਪਿਛਲੀ ਸਰਕਾਰਾਂ ਸੀ ਸਾਡਾ ਮਾਣ ਭੱਤਾ ਟਾਈਮ 'ਤੇ ਮਿਲਦਾ ਤਾਂ ਸੀਗਾ ਜਿਹੜਾ ਸੀਗਾ, ਪਰ ਇਸ ਸਰਕਾਰ ਨੇ ਵਾਅਦਾ ਕੀਤਾ ਸੀਗਾ ਵੀ ਜਦੋਂ ਮਾਨ ਸਰਕਾਰ ਆ ਜਾਏਗੀ ਤਾਂ ਵੀ ਆਂਗਨਵਾੜੀ ਵਰਕਰਾਂ ਦਾ ਜਿਹੜਾ ਮਾਣ ਭੱਤਾ ਉਹ ਡਬਲ ਕਰ ਦਿੱਤਾ ਜਾਊਗਾ। ਡਬਲ ਤਾਂ ਦੂਰ ਦੀ ਗੱਲ ਹੈ, ਲੇਕਿਨ ਇਹਨਾਂ ਨੇ ਜਿਹੜਾ ਪਹਿਲਾਂ ਦਿੰਦੇ ਉਹ ਵੀ ਦੇਣਾ ਬੰਦ ਕਰ ਰੱਖਾ ਹੈ। ਹੁਣ ਸਾਡੇ 11 ਮਹੀਨੇ ਦਾ ਮਾਨ ਭੱਤਾ ਬਠਿੰਡਾ ਦਾ ਨਹੀਂ ਪਾਇਆ ਹਜੇ ਖਾਤਿਆਂ 'ਚ, ਔਰ ਜਿਹੜਾ ਕੱਲ੍ਹ ਬਜਟ ਕੀਤਾ ਗਿਆ ਉਹ ਬਜਟ ਦੇ ਵਿੱਚ ਵੀ ਆਂਗਨਵਾੜੀ ਮੁਲਾਜ਼ਮ ਵਾਲਾਂ ਦਾ ਕੁਛ ਵੀ ਨਹੀਂ ਕੀਤਾ ਗਿਆ। ਅਸੀਂ ਸਰਕਾਰ ਤੋਂ ਅਪੀਲ ਕਰਦੇ ਹਾਂ ਵੀ ਆਂਗਨਵਾੜੀ ਵਾਲੇ ਜਿਹੜੇ ਵਰਕਰ ਅਤੇ ਹੈਲਪਰ ਆ ਉਹਨਾਂ ਨੂੰ ICDS 'ਚ ਸ਼ਾਮਿਲ ਕੀਤਾ ਜਾਵੇ, ਵੀ ਜਿਹੜੇ ਪ੍ਰੀ ਨਰਸਰੀ ਕਲਾਸਾਂ ਹੈ ਉਹ ਸਕੂਲਾਂ ਦੀ ਜਗ੍ਹਾ ਆਂਗਨਵਾੜੀ ਦੇ ਵਿੱਚ ਲੱਗਣੀ ਚਾਹੀਦੀ ਆ, ਕਿਉਂਕਿ ਜਿਹੜੇ ਆ ਮਾਨ ਭੱਤਾ ਦਿੰਦੀ ਹੈ ਨਾ ਸਰਕਾਰ ਸਾਨੂੰ, ਇਸ 'ਚ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਹੁੰਦਾ, ਕਿਉਂਕਿ ਇਸ ਡਿਪਾਰਟਮੈਂਟ 'ਚ ਕੋਈ ਵਿਧਵਾ ਹੈ,
ਕੋਈ ਡਿਵੋਰਸਿਸ ਹੈ, ਕੋਈ ਅਪੰਗ ਹੈ, ਕੋਈ ਹੈਂਡੀਕੈਪ ਵੀ, ਸਾਰੇ ਤਰ੍ਹਾਂ ਦੀ ਕੁੜੀਆਂ ਹੈਗੀਆਂ ਵੀ ਜਿਨ੍ਹਾਂ ਦਾ ਗੁਜ਼ਾਰਾ ਸਿਰਫ ਇਸੇ ਮਹੀਨੇ 'ਤੇ ਚੱਲੇ। ਤੁਸੀਂ ਇਹ ਦੇਖੋ ਵੀ 11 ਮਹੀਨੇ ਤੱਕ ਜਦੋਂ ਮਾਨ ਭੱਤਾ ਨਹੀਂ ਦਿੱਤਾ ਤਾਂ ਵੀ ਸਰਕਾਰ ਵੀ ਉਹ ਘਰ ਦਾ ਗੁਜ਼ਾਰਾ ਕਿਵੇਂ ਚੱਲ ਗਿਆ, ਉਹਨਾਂ ਦੇ ਚੁੱਲ੍ਹੇ ਜਮ੍ਹਾਂ ਠੰਡੇ ਹੋਏ ਪਏ ਆ। ਅਸੀਂ ਸਰਕਾਰ ਤੋਂ ਅਪੀਲ ਕਰਦੇ ਹਾਂ ਵੀ ਜਿਹੜਾ ਮਾਨ ਭੱਤਾ ਦਿੱਤਾ ਜਾਂਦਾ ਉਹ ਮਹੀਨੇ ਦੀ ਮਹੀਨਾ ਦਿੱਤਾ ਜਾਵੇ। ਸਾਡਾ ਸਰਕਾਰ ਵਧਾਉਣੇ ਤੋਂ ਦੂਰ ਦੀ ਗੱਲ ਹੈ, ਉਹ ਮਾਨ ਭੱਤਾ ਸਾਡਾ ਟਾਈਮ 'ਤੇ ਨਹੀਂ ਦੇ ਰਿਹਾ। ਜੇ ਸਾਡਾ ਮੰਗਾਂ ਨਹੀਂ ਪੂਰੀਆਂ ਹੋਣਗੀਆਂ ਤਾਂ ਅਸੀਂ ਇਹ ਸੰਘਰਸ਼ ਬਹੁਤ ਤੇਜ਼ ਕਰਾਂਗੇ। ਅੱਜ ਜਿਹੜੀ ਅਸੀਂ ਇਹ ਰੈਲੀ ਕਰਨੀ ਹੈ ਇਹਦੇ 'ਚ 7 ਜ਼ਿਲ੍ਹੇ ਸ਼ਾਮਿਲ ਹੋਏ ਹੈ, ਮੁਕਤਸਰ, ਫਰੀਦਕੋਟ, ਮੋਗਾ, ਬਰਨਾਲਾ ਅਤੇ ਬਠਿੰਡਾ। ਅਸੀਂ ਉਮੀਦ ਕਰਦੇ ਹਾਂ ਵੀ ਇਹ ਰੈਲੀ ਸਾਡੀ ਸਫਲ ਹੋਵੇ, ਵੀ ਸਾਡੀ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇ। ਅੱਜ ਜਿੰਨੇ ਵੀ ਸਾਡੇ ਬਠਿੰਡੇ ਦੇ ਜਾਂ ਜ਼ਿਲ੍ਹੇ ਦੇ ਜਿਹੜੇ MP ਚੁਣੇ ਹੋਏ ਆ ਉਹਨਾਂ ਤੋਂ ਅਸੀਂ ਜਵਾਬ ਮੰਗਦੇ ਹਾਂ ਵੀ ਸਾਡੇ ਜਿਹੜੇ ਵਾਸਤੇ ਵੀ ਆਂਗਨਵਾੜੀ ਵਾਲੇ ਵਾਸਤੇ 5 ਸਾਲਾਂ 'ਚ ਕੀਤਾ ਕੀ ਹੈ, ਵੀ ਅਸੀਂ ਉਹਨਾਂ ਤੋਂ ਅੱਜ ਜਵਾਬ ਮੰਗਣ ਆਏ ਹਾਂ ਵੀ ਸਾਨੂੰ ਜਵਾਬ ਦਿਓ ਵੀ ਸਾਡਾ ਕੀ ਹੱਲ ਕੀਤਾ। ਪਰ ਸਰਕਾਰ ਕੋਲ ਇਸ ਜਵਾਬ ਦਾ ਕੋਈ ਵੀ ਜਵਾਬ ਨਹੀਂ ਹੈ।